ਲਿਬਰ ਆਫਿਸ ਬੇਸ ਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ ਕਿ ਕਿਵੇਂ ਇੱਕ ਡਿਜ਼ਾਈਨ ਵਿਊ ਦੀ ਵਰਤੋਂ ਕਰਕੇ ਇੱਕ ਕੁਐਰੀ ਬਣਾਈਏ, ਕੁਐਰੀ ਡਿਜ਼ਾਈਨ ਵਿੰਡੋ ਵਿੱਚ ਟੇਬਲਸ ਜੋੜੀਏ, ਫੀਲਡਸ ਚੁਣੀਏ, ਏਲੀਅਸਿਸ ਸੈੱਟ ਕਰੀਏ, ਸੋਰਟਿੰਗ ਦਾ ਕ੍ਰਮ ਸੈੱਟ ਕਰੀਏ ਅਤੇ ਇੱਕ ਕੁਐਰੀ ਲਈ ਖੋਜ ਦਾ ਮਾਪਦੰਡ ਪ੍ਰਦਾਨ ਕਰੀਏ। ਇਸ ਦੇ ਲਈ ਅਸੀਂ ਆਪਣੀ ਜਾਣੂ ਉਦਾਹਰਣ ਲਾਇਬ੍ਰੇਰੀ ਡਾਟਾਬੇਸ ਨੂੰ ਲੈਂਦੇ ਹਾਂ। ਲਾਇਬ੍ਰੇਰੀ ਡਾਟਾਬੇਸ ਵਿੱਚ ਅਸੀਂ ਕਿਤਾਬਾਂ ਅਤੇ ਮੈਂਬਰਾਂ ਦੀ ਜਾਣਕਾਰੀ ਇਕੱਠੀ ਕੀਤੀ ਹੈ ਅਤੇ ਨਾਲ ਹੀ ਸਾਡੇ ਕੋਲ ਮੈਂਬਰਾਂ ਨੂੰ ਜਾਰੀ ਕੀਤੀਆਂ ਹੋਈਆਂ ਕਿਤਾਬਾਂ ਨੂੰ ਪਤਾ ਲਗਾਉਣ ਲਈ ਇੱਕ ਟੇਬਲ ਹੈ। ਹੁਣ ਮੈਂਬਰਾਂ ਨੂੰ ਜਾਰੀ ਕੀਤੀਆਂ ਹੋਈਆਂ ਸਾਰੀਆਂ ਕਿਤਾਬਾਂ ਨੂੰ ਸੂਚੀਬੱਧ ਕਰਨ ਲਈ ਅਸੀਂ ਇੱਕ ਨਵੀਂ ਕੁਐਰੀ ਬਣਾਵਾਂਗੇ। ਦੂਜੇ ਸ਼ਬਦਾਂ ਵਿੱਚ ਆਓ ਕਿਤਾਬਾਂ ਦਾ ਇੱਕ ਵੇਰਵਾ ਬਣਾਉਂਦੇ ਹਾਂ ਜੋ ਮੈਂਬਰਾਂ ਨੂੰ ਜਾਰੀ ਕੀਤੀਆਂ ਗਈਆਂ ਹਨ। ਆਓ ਲਾਇਬ੍ਰੇਰੀ ਡਾਟਾਬੇਸ ਖੋਲ੍ਹਦੇ ਹਾਂ। ਖੱਬੇ ਪਾਸੇ ਬਣੇ ਪੈਨਲ ਤੇ ਕੁਐਰੀਜ਼ ਆਈਕਾਨ ਤੇ ਕਲਿੱਕ ਕਰਦੇ ਹਾਂ। ਸੱਜੇ ਪਾਸੇ ਬਣੇ ਪੈਨਲ ਤੇ ਅਸੀਂ ਕ੍ਰੀਏਟ ਕੁਐਰੀ ਇਨ ਡਿਜ਼ਾਈਨ ਵਿਊ ਤੇ ਕਲਿੱਕ ਕਰਾਂਗੇ। ਹੁਣ ਅਸੀਂ ਇੱਕ ਨਵੀਂ ਵਿੰਡੋ ਵੇਖਦੇ ਹਾਂ ਜਿਸ ਨੂੰ ਕੁਐਰੀ ਡਿਜ਼ਾਈਨ ਵਿੰਡੋ ਵੀ ਕਹਿੰਦੇ ਹਨ ਅਤੇ ਨਾਲ ਹੀ ਅਸੀਂ ਉੱਪਰ ਇੱਕ ਛੋਟਾ ਪੌਪ ਅਪ ਵਿੰਡੋ ਦੇਖਦੇ ਹਾਂ ਜੋ ਕਹਿੰਦਾ ਹੈ ਐਡ ਟੇਬਲ ਔਰ ਕੁਐਰੀ। ਇਹ ਉਹ ਹੈ ਜਿੱਥੇ ਅਸੀਂ ਕੁਐਰੀ ਲਈ ਡਾਟਾ ਸਰੋਤ ਨਿਰਧਾਰਿਤ ਕਰਾਂਗੇ ਅਤੇ ਸਾਨੂੰ ਮੈਂਬਰਾਂ ਨੂੰ ਜਾਰੀ ਕੀਤੀਆਂ ਹੋਈਆਂ ਕਿਤਾਬਾਂ ਦੇ ਵੇਰਵੇ ਦੀ ਕੁਐਰੀ ਬਣਾਉਣ ਲਈ ਸਾਰੇ ਤਿੰਨੇ ਟੇਬਲਸ ਦੀ ਲੋੜ ਹੋਵੇਗੀ। ਅਸੀਂ ਇਹ ਸੂਚੀ ਵਿੱਚ ਬੁੱਕਸ ਟੇਬਲ ਤੇ ਕਲਿੱਕ ਕਰਕੇ ਕਰ ਸਕਦੇ ਹਾਂ ਅਤੇ ਫਿਰ ਪੌਪ ਅਪ ਵਿੰਡੋ ਦੇ ਸੱਜੇ ਪਾਸੇ ਵੱਲ ਐਡ ਬਟਨ ਤੇ ਕਲਿੱਕ ਕਰਦੇ ਹਾਂ। ਇਸ ਤਰ੍ਹਾਂ ਨਾਲ ਅਸੀਂ ਬੁੱਕਸ ਇਸ਼ੂਡ ਟੇਬਲ ਅਤੇ ਮੈਂਬਰਸ ਟੇਬਲ ਜੋੜਾਂਗੇ। ਹੁਣ ਅਸੀਂ ਵੇਖ ਸਕਦੇ ਹਾਂ ਕਿ ਤਿੰਨ ਕੁਐਰੀਜ਼ ਪਿੱਛੇ ਦੀ ਕੁਐਰੀ ਡਿਜ਼ਾਈਨ ਵਿੰਡੋ ਵਿੱਚ ਦਿਖਾਈ ਦੇ ਰਹੀਆਂ ਹਨ। ਆਓ ਹੁਣ ਪੌਪ ਅਪ ਵਿੰਡੋ ਨੂੰ ਬੰਦ ਕਰਦੇ ਹਾਂ। ਇਹ ਕੁਐਰੀ ਡਿਜ਼ਾਈਨ ਵਿੰਡੋ ਨੂੰ ਅੱਗੇ ਲੈ ਕੇ ਆਵੇਗਾ। ਨੋਟ ਕਰੋ ਕਿ ਤਿੰਨ ਟੇਬਲਸ ਵਿੰਡੋ ਦੇ ਅੱਧੇ ਉੱਪਰਲੇ ਭਾਗ ਵਿੱਚ ਹਨ। ਆਓ ਇੱਥੇ ਟੇਬਲਸ ਦੇ ਵਿਚਕਾਰ ਕੁਝ ਜਗ੍ਹਾ ਬਣਾਉਂਦੇ ਹਾਂ। ਆਓ ਮੈਂਬਰਸ ਟੇਬਲ ਨੂੰ ਸੱਜੇ ਪਾਸੇ ਵੱਲ ਕਲਿੱਕ ਕਰਕੇ ਡਰੈਗ ਅਤੇ ਡ੍ਰੌਪ ਕਰਦੇ ਹਾਂ ਅਤੇ ਫਿਰ ਬੁੱਕਸ ਇਸ਼ੂਡ ਟੇਬਲ ਨੂੰ ਵਿਚਕਾਰ ਕਲਿੱਕ ਕਰਕੇ ਡਰੈਗ ਅਤੇ ਡ੍ਰੌਪ ਕਰਦੇ ਹਾਂ। ਹੁਣ ਅਸੀਂ ਇਨ੍ਹਾਂ ਟੇਬਲਸ ਨੂੰ ਜੋੜਨ ਵਾਲੀਆਂ ਲਾਈਨਸ ਤੇ ਨਜ਼ਰ ਮਾਰਦੇ ਹਾਂ ਅਤੇ ਇਹ ਉਹ ਸੰਬੰਧ ਹੈ ਜਿਸ ਨੂੰ ਅਸੀਂ ਪਹਿਲਾਂ ਬਣਾਇਆ ਸੀ। ਅਸੀਂ ਸੰਬੰਧਾਂ ਦੀ ਜਾਣਕਾਰੀ ਦੇਖਣ ਲਈ ਲਾਈਨਸ ਤੇ ਡਬਲ ਕਲਿੱਕ ਕਰ ਸਕਦੇ ਹਾਂ। ਹੁਣ ਦੇ ਲਈ ਅਸੀਂ ਕੁਐਰੀ ਵਿੰਡੋ ਦਾ ਹੇਠਲਾ ਹਿੱਸਾ ਵੇਖਦੇ ਹਾਂ। ਇਸ ਖੇਤਰ ਦੇ ਕੋਲ ਸੈਲਸ ਦੀਆਂ ਕਈ ਸਾਰੀਆਂ ਰੋਜ਼ ਹਨ। ਜਿਵੇਂ ਹੀ ਅਸੀਂ ਕੁਐਰੀ ਬਣਾਵਾਂਗੇ ਅਸੀਂ ਇਸ ਨੂੰ ਭਰ ਦੇਵਾਂਗੇ। ਸਭ ਤੋਂ ਪਹਿਲਾਂ ਅਸੀਂ ਫੀਲਡ ਕਾਲਮ ਵੇਖਾਂਗੇ। ਇਹ ਉਹਨਾਂ ਫੀਲਡਸ ਦਾ ਵੇਰਵਾ ਦੇਣ ਲਈ ਹਨ ਜਿਨ੍ਹਾਂ ਨੂੰ ਅਸੀਂ ਜਵਾਬ ਦੇ ਸੈੱਟ ਵਿੱਚ ਦਿਖਾਉਣਾ ਚਾਹੁੰਦੇ ਹਾਂ। ਇਸ ਨੂੰ ਕਰਨ ਦੇ ਲਈ ਪਹਿਲਾਂ ਅਸੀਂ ਵਿੰਡੋ ਦੇ ਉੱਪਰਲੇ ਅੱਧੇ ਭਾਗ ਵਿੱਚ ਬੁੱਕਸ ਟੇਬਲ ਵਿੱਚ ਟਾਈਟਲ ਫੀਲਡ ਵਿੱਚ ਡਬਲ ਕਲਿੱਕ ਕਰਾਂਗੇ। ਅਗਲਾ ਮੈਂਬਰਸ ਟੇਬਲ ਵਿੱਚ ਨੇਮ ਫੀਲਡ ਅਤੇ ਫਿਰ ਬੁੱਕਸ ਇਸ਼ੂਡ ਟੇਬਲ ਵਿੱਚ ਇਸ਼ੂ ਡੇਟ ਫੀਲਡ। ਅਗਲਾ ਰਿਟਰਨ ਡੇਟ, ਐਕਚੁਅਲ ਰਿਟਰਨ ਡੇਟ ਅਤੇ ਅਖੀਰ ਵਿੱਚ ਚੈੱਕਡ ਇਨ ਫੀਲਡ। ਵਿੰਡੋ ਦੇ ਹੇਠਲੇ ਅੱਧੇ ਭਾਗ ਵਿੱਚ ਪਹਿਲੀ ਰੋ ਵਿੱਚ ਇਨ੍ਹਾਂ ਫੀਲਡਸ ਤੇ ਧਿਆਨ ਦਿਓ। ਨਾਲ ਹੀ ਤੀਜੀ ਰੋ ਵਿੱਚ ਸਮੂਹਿਕ ਟੇਬਲ ਦੇ ਨਾਮ। ਅਗਲਾ ਦੂਜੀ ਰੋ ਵਿੱਚ ਏਲੀਅਸ ਨੂੰ ਵੇਖਦੇ ਹਾਂ। ਇਹ ਉਹ ਹਨ ਜਿੱਥੇ ਅਸੀਂ ਚੁਣੇ ਹੋਏ ਫੀਲਡਸ ਲਈ
ਵਿਆਖਿਆਤਮਕ ਨਾਮ ਦੇ ਸਕਦੇ ਹਾਂ। ਇਸ ਲਈ ਜਿਵੇਂ ਕਿ ਚਿੱਤਰ ਵਿੱਚ ਵਿਖਾਇਆ ਗਿਆ ਹੈ ਉਸੇ ਤਰ੍ਹਾਂ ਏਲੀਅਸਿਸ ਵਿੱਚ ਟਾਈਪ ਕਰਦੇ ਹਾਂ ਅਤੇ ਅਸੀਂ ਏਲੀਅਸਿਸ ਕਰ ਲਿਆ ਹੈ। ਅਗਲਾ ਅਸੀਂ ਸੋਰਟ ਰੋਅ ਨੂੰ ਵੇਖਦੇ ਹਾਂ। ਅਸੀਂ ਜਵਾਬ ਦੇ ਸੈੱਟ ਦਾ ਕ੍ਰਮ ਇੱਥੇ ਸਪਸ਼ਟ ਕਰ ਸਕਦੇ ਹਾਂ ਕਿਉਂਕਿ ਸਾਨੂੰ ਜਾਰੀ ਕੀਤੀਆਂ ਹੋਈਆਂ ਕਿਤਾਬਾਂ ਦਾ ਵੇਰਵਾ ਚਾਹੀਦਾ ਹੈ। ਅਸੀਂ ਇਸ ਨੂੰ ਤਾਰੀਖ ਦੇ ਮੁਤਾਬਿਕ ਆਰਡਰ ਵਿੱਚ ਲਗਾਵਾਂਗੇ। ਮਤਲਬ ਇਹ ਹੈ ਕਿ ਅਸੀਂ ਜਵਾਬ ਦੇ ਸੈੱਟ ਨੂੰ ਇਸ਼ੂ ਡੇਟ ਦੇ ਮੁਤਾਬਿਕ ਵੱਧਦੇ ਕ੍ਰਮ ਵਿੱਚ ਕ੍ਰਮਬੱਧ ਕਰਾਂਗੇ। ਇਸ ਦੇ ਲਈ ਇਸ਼ੂ ਡੇਟ ਫੀਲਡ ਦੇ ਅੰਦਰ ਅਸੀਂ ਸੋਰਟ ਰੋਅ ਵਿੱਚ ਖਾਲੀ ਸੈੱਲ ਤੇ ਕਲਿੱਕ ਕਰਾਂਗੇ ਅਤੇ ਅਸੈਂਡਿੰਗ ਤੇ ਕਲਿੱਕ ਕਰਦੇ ਹਾਂ। ਠੀਕ ਹੈ, ਅਸੀਂ ਅਗਲੀ ਰੋ ਵਿਜ਼ੀਬਲ ਤੇ ਜਾਵਾਂਗੇ। ਇੱਥੇ ਅਸੀਂ ਫੀਲਡਸ ਦੀ ਪ੍ਰਤੱਖਤਾ ਸੈੱਟ ਕਰ ਸਕਦੇ ਹਾਂ। ਅਸੀਂ ਇਹਨਾਂ ਨੂੰ ਚੈੱਕ ਜਾਂ ਅਨਚੈੱਕ ਕਰਕੇ ਚੁਣਾਂਗੇ। ਨੋਟ ਕਰੋ ਕਿ ਡਿਫਾਲਟ ਰੂਪ ਤੋਂ ਇਹ ਸਾਰੇ ਚੈੱਕਡ ਹੁੰਦੇ ਹਨ। ਅਗਲਾ ਅਸੀਂ ਫੰਕਸ਼ਨ ਰੋ ਵਿੱਚ ਜਾਵਾਂਗੇ। ਇਹ ਮੁਸ਼ਕਲ ਕੁਐਰੀਜ਼ ਬਣਾਉਣ ਲਈ ਵਰਤੋਂ ਹੁੰਦਾ ਹੈ। ਹੁਣ ਦੇ ਲਈ ਅਸੀਂ ਇਸ ਨੂੰ ਛੱਡ ਦਿੰਦੇ ਹਾਂ ਅਤੇ ਅਸੀਂ ਕ੍ਰਾਈਟੀਰੀਅਨ ਰੋ ਤੇ ਜਾਵਾਂਗੇ। ਇੱਥੇ ਅਸੀਂ ਮਾਪਦੰਡ ਦੇ ਸਧਾਰਨ ਅਤੇ ਮੁਸ਼ਕਿਲ ਸੈੱਟ ਨੂੰ ਨਤੀਜੇ ਲਈ ਸੀਮਿਤ ਕਰ ਸਕਦੇ ਹਾਂ। ਉਦਾਹਰਣ ਦੇ ਰੂਪ ਵਿੱਚ ਅਸੀਂ ਕੇਵਲ ਉਨ੍ਹਾਂ ਕਿਤਾਬਾਂ ਲਈ ਕੁਐਰੀਜ਼ ਕਰ ਸਕਦੇ ਹਾਂ ਜੋ ਕਿ ਮੈਂਬਰਾਂ ਨੇ ਜਾਰੀ ਕੀਤੀਆਂ ਸਨ ਪਰ ਵਾਪਸ ਨਹੀਂ ਕੀਤੀਆਂ, ਮਤਲਬ ਕੇਵਲ ਉਹ ਜੋ ਚੈੱਕਡ ਇਨ ਨਹੀਂ ਹਨ। ਇਸ ਲਈ ਇਸ ਰੋਅ ਵਿੱਚ ਚੈੱਕਡ ਇਨ ਫੀਲਡ ਦੇ ਅੰਦਰ ਖਾਲੀ ਸੈੱਲ ਤੇ ਕਲਿੱਕ ਕਰਦੇ ਹਾਂ ਅਤੇ ਇਕੁਅਲਸ 0 ਟਾਈਪ ਕਰਦੇ ਹਾਂ। ਠੀਕ ਹੈ, ਹੁਣ ਇਸ ਕੁਐਰੀ ਨੂੰ ਰਨ ਕਰਦੇ ਹਾਂ। ਅਸੀਂ ਕੀਬੋਰਡ ਸ਼ਾਰਟਕੱਟ F5 ਦੀ ਵਰਤੋਂ ਕਰ ਸਕਦੇ ਹਾਂ ਜਾਂ ਵਿੰਡੋ ਦੇ ਉੱਪਰ ਐਡਿਟ ਮੈਨਿਊ ਤੇ ਕਲਿੱਕ ਕਰਦੇ ਹਾਂ ਅਤੇ ਹੇਠਾਂ ਰਨ ਕੁਐਰੀ ਤੇ ਕਲਿੱਕ ਕਰਦੇ ਹਾਂ। ਕੀ ਵਿੰਡੋ ਦੇ ਉੱਪਰਲੇ ਭਾਗ ਵਿੱਚ ਤੁਸੀਂ ਕੁਝ ਡਾਟਾ ਵੇਖ ਰਹੇ ਹੋ? ਇਹ ਤੁਹਾਡੀ ਕੁਐਰੀ ਦੇ ਜਵਾਬ ਹਨ। ਨੋਟ ਕਰੋ ਕਿ ਅਸੀਂ ਮੈਂਬਰਾਂ ਦੀਆਂ ਜਾਰੀ ਕੀਤੀਆਂ ਗਈਆਂ ਕਿਤਾਬਾਂ ਦਾ ਵੇਰਵਾ ਵੇਖ ਰਹੇ ਹਾਂ ਅਤੇ ਇਸ਼ੂ ਡੇਟ ਨਾਲ ਕ੍ਰਮ ਵਿੱਚ ਲਗਾਈਆਂ ਗਈਆਂ ਹਨ। ਇਹ ਵੀ ਨੋਟ ਕਰੋ ਕਿ ਕੋਈ ਵੀ ਕਿਤਾਬ ਚੈੱਕਡ ਇਨ ਨਹੀਂ ਹੈ। ਹੁਣ ਅਸੀਂ ਹੇਠਾਂ ਕੁਐਰੀ ਡਿਜ਼ਾਈਨ ਖੇਤਰ ਵਿੱਚ ਜਾ ਸਕਦੇ ਹਾਂ ਅਤੇ ਜਿਸ ਤਰ੍ਹਾਂ ਨਾਲ ਅਸੀਂ ਚਾਹੁੰਦੇ ਹਾਂ ਉਸੇ ਤਰ੍ਹਾਂ ਬਦਲ ਸਕਦੇ ਹਾਂ। ਉਦਾਹਰਣ ਦੇ ਰੂਪ ਵਿੱਚ ਆਓ ਚੈੱਕਡ ਇਨ ਮਾਪਦੰਡ ਹਟਾ ਦਿੰਦੇ ਹਾਂ। ਹੁਣ F5 ਦਬਾ ਕੇ ਕੁਐਰੀ ਨੂੰ ਫਿਰ ਤੋਂ ਰਨ ਕਰਦੇ ਹਾਂ। ਇਸ ਵਾਰ ਅਸੀਂ ਕੁਐਰੀ ਤੋਂ ਮਿਲਣ ਵਾਲੇ ਡਾਟਾ ਦੀ ਲੰਬੀ ਸੂਚੀ ਵੇਖਾਂਗੇ। ਅਗਲਾ Ctrl+S ਦਬਾ ਕੇ ਇਸ ਕੁਐਰੀ ਨੂੰ ਸੇਵ ਕਰਦੇ ਹਾਂ। ਇਹ ਇੱਕ ਛੋਟੀ ਪੌਪਅਪ ਵਿੰਡੋ ਖੋਲੇਗਾ। ਆਪਣੀ ਕੁਐਰੀ ਨੂੰ ਅਸੀਂ ਇੱਥੇ ਇੱਕ ਵਿਆਖਿਆਤਮਕ ਨਾਮ ਦਿੰਦੇ ਹਾਂ। ਆਓ ਟਾਈਪ ਕਰਦੇ ਹਾਂ ਹਿਸਟਰੀ ਆਫ ਬੁੱਕਸ ਇਸ਼ੂਡ ਟੂ ਮੈਂਬਰਸ ਅਤੇ ਫਿਰ ਓਕੇ ਬਟਨ ਤੇ ਕਲਿੱਕ ਕਰੋ ਅਤੇ ਇਸ ਵਿੰਡੋ ਨੂੰ ਬੰਦ ਕਰੋ। ਅਸੀਂ ਇਸ ਸੇਵ ਕੀਤੀ ਗਈ ਕੁਐਰੀ ਨੂੰ ਮੁੱਖ ਬੇਸ ਵਿੰਡੋ ਵਿੱਚ ਕੁਐਰੀ ਦੇ ਨਾਮ ਤੇ ਡਬਲ ਕਲਿੱਕ ਕਰਕੇ ਖੋਲ ਸਕਦੇ ਹਾਂ। ਤਾਂ ਇੱਥੇ ਅਸੀਂ ਡਿਜ਼ਾਈਨ ਵਿਊ ਦੀ ਵਰਤੋਂ ਕਰਕੇ ਸਫਲਤਾਪੂਰਵਕ ਇੱਕ ਕੁਐਰੀ ਬਣਾ ਲਈ ਹੈ। ਇੱਥੇ ਇੱਕ ਨਿਰਧਾਰਿਤ ਕੰਮ ਹੈ। ਮੈਂਬਰ ਨਿਸ਼ਾ ਸ਼ਰਮਾ ਨੂੰ ਜਾਰੀ ਕੀਤੀਆਂ ਗਈਆਂ ਕਿਤਾਬਾਂ ਦੀ ਇੱਕ ਸੂਚੀ ਬਣਾਓ। ਸੂਚੀ ਇਸ਼ੂ ਡੇਟ ਦੇ ਹਿਸਾਬ ਨਾਲ ਕ੍ਰਮ ਵਿੱਚ ਹੋਣੀ ਚਾਹੀਦੀ ਹੈ। ਇਸ ਦੇ ਨਾਲ ਅਸੀਂ ਲਿਬਰਾ ਆਫਿਸ ਬੇਸ ਤੇ ਡਿਜ਼ਾਈਨ ਵਿਊ ਵਿੱਚ ਕੁਐਰੀਜ਼ ਬਣਾਉਣ ਦੇ ਇਸ ਟਿਊਟੋਰੀਅਲ ਦੇ ਅਖੀਰ ਵਿੱਚ ਆ ਗਏ ਹਾਂ। ਸੰਖੇਪ ਵਿੱਚ ਅਸੀਂ ਸਿੱਖਿਆ ਕਿ ਕਿਵੇਂ ਡਿਜ਼ਾਈਨ ਵਿਊ ਦੀ ਵਰਤੋਂ ਕਰਕੇ ਇੱਕ ਕੁਐਰੀ ਬਣਾਈਏ, ਕੁਐਰੀ ਡਿਜ਼ਾਈਨ ਵਿੰਡੋ ਵਿੱਚ ਟੇਬਲਸ ਨੂੰ ਜੋੜੀਏ, ਫੀਲਡਸ ਚੁਣੀਏ, ਏਲੀਅਸਿਸ ਸੈੱਟ ਕਰੀਏ, ਸੋਰਟਿੰਗ ਦਾ ਕ੍ਰਮ ਸੈੱਟ ਕਰੀਏ ਅਤੇ ਇੱਕ ਕੁਐਰੀ ਲਈ ਖੋਜ ਮਾਪਦੰਡ ਤਿਆਰ ਕਰੀਏ। ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟਾਕ ਟੂ ਏ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ। ਇਹ ਭਾਰਤ ਸਰਕਾਰ ਦੇ MHRD ਦੇ ICT ਵੱਲੋਂ ਰਾਸ਼ਟਰੀ ਸਾਖਰਤਾ ਮਿਸ਼ਨ ਦੁਆਰਾ ਪ੍ਰਮਾਣਿਤ ਹੈ। ਇਹ ਪ੍ਰੋਜੈਕਟ
http://spoken-tutorial.org ਦੁਆਰਾ ਚਲਾਇਆ ਜਾਂਦਾ ਹੈ। ਇਸ ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ਉੱਪਰ ਉਪਲਬਧ ਹੈ। IIT ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ। ਸਾਡੇ ਨਾਲ ਜੁੜਨ ਲਈ ਧੰਨਵਾਦ।